ਤੇ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਦੇ ਚੈਨਲ ਅਨਪਲੈਨਡ ਡਾਇਰੀ ਦੇ ਵਿੱਚ। ਅੱਜ ਇਸ ਸੀਰੀਜ਼ ਦਾ 7th ਐਪੀਸੋਡ ਮੈਂ ਰਿਕਾਰਡ ਕਰਨ ਲੱਗਿਆ ਅਤੇ ਹੁਣ ਤੱਕ ਆਪਾਂ ਪਿਛਲੇ 6 ਐਪੀਸੋਡਸ ਦੇ ਵਿੱਚ ਆਲਮੋਸਟ ਸਾਰਾ ਕੁਝ ਕਵਰ ਕਰ ਲਿਆ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਵਾਈਜ਼ ਡਿਸੀਜ਼ਨ ਲੈਣਾ ਚਾਹੀਦਾ ਕਿ ਅਸੀਂ ਪਲੱਸ ਟੂ ਤੋਂ ਬਾਅਦ 'ਚ ਜਾਣਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ 'ਚ ਜਾਣਾ, ਕਿਸ ਤਰੀਕੇ ਨਾਲ ਆਪਾਂ ਨੂੰ ਬਾਕੀ ਚੀਜ਼ਾਂ ਮੈਨੇਜ ਕਰਨੀਆਂ ਚਾਹੀਦੀਆਂ, ਕਾਲਜ ਆਪਾਂ ਕਿਵੇਂ ਸਿਲੈਕਟ ਕਰਨਾ, ਆਇਲਸ ਆਪਾਂ ਕਿਵੇਂ ਕਲੀਅਰ ਕਰਨੀ, ਆਪਾਂ ਸਾਰੀਆਂ ਚੀਜ਼ਾਂ ਬਾਰੇ ਆਲਮੋਸਟ ਗੱਲ ਕਰ ਲਈ। ਅਤੇ ਅੱਜ ਮੈਂ ਜਿਹੜਾ ਬਿਲਕੁਲ ਫਾਈਨਲ ਸਟੈਪ ਹੈ ਇਸ ਪ੍ਰੋਸੈਸ ਦਾ ਕਿ ਸਟੱਡੀ ਵੀਜ਼ਾ ਦਾ, ਉਹ ਕੀ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦੀ ਵੀਡੀਓ ਦਾ ਆਪਣਾ ਟੋਪਿਕ ਹੋਣ ਵਾਲਾ ਹੈ ਕੈਨੇਡਾ ਸਟੱਡੀ ਵੀਜ਼ਾ ਪ੍ਰੋਸੈਸ ਇਨ 2022 ਆਪਾਂ ਕਿਵੇਂ ਕਰਨਾ। ਸੋ ਇਹਦੇ ਵਿੱਚ ਆਪਾਂ ਸਭ ਨਾਲੋਂ ਪਹਿਲਾਂ ਜਿਹੜੀ ਗੱਲ ਕਰਾਂਗੇ ਉਹ ਇਹ ਕਰਾਂਗੇ ਕਿ ਤੁਸੀਂ ਆਇਲਸ ਕਰ ਲਈ, ਰਾਈਟ, ਤੁਸੀਂ ਆਪਦਾ ਡਿਸੀਜ਼ਨ ਲੈ ਲਿਆ ਵੀ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ 'ਚ ਜਾ ਰਹੇ ਹੋ ਜਾਂ ਪਲੱਸ ਟੂ ਤੋਂ ਬਾਅਦ ਜਾ ਰਹੇ ਹੋ, ਤੁਸੀਂ ਆਪਦੀ ਆਇਲਸ ਕਰਨ ਲੱਗ ਜਾਂਦੇ ਹੋ, ਆਇਲਸ ਕਰਦੇ ਹੋ, ਆਇਲਸ ਦਾ ਪੇਪਰ ਭਰਦੇ ਹੋ, ਪੇਪਰ ਤੋਂ ਬਾਅਦ ਦੇ ਵਿੱਚ ਐਟਲੀਸਟ 13-15 ਡੇਜ਼ ਲੱਗਦੇ ਆ ਤੁਹਾਡਾ ਰਿਜ਼ਲਟ ਆਉਣ ਦੇ ਵਿੱਚ। ਉਹ ਟਾਈਮ ਆਪਾਂ ਜਿਹੜਾ ਹੈ ਉਹ ਵੇਸਟ ਨਹੀਂ ਕਰਨਾ, ਉਸ ਟਾਈਮ ਨੂੰ ਆਪਾਂ ਯੂਟੀਲਾਈਜ਼ ਕਰਨਾ। ਉਹਨੂੰ ਕਿਸ ਤਰੀਕੇ ਨਾਲ ਆਪਾਂ ਯੂਟੀਲਾਈਜ਼ ਕਰਨਾ ਕਿ ਆਪਾਂ ਉਸ ਟਾਈਮ ਦੇ ਵਿੱਚ ਜਿਹੜੇ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਡਾਕੂਮੈਂਟ ਬਾਰੇ ਦੱਸਿਆ ਕਿ ਕੀ ਆਪਾਂ ਨੂੰ ਡਾਕੂਮੈਂਟ ਚਾਹੀਦੇ ਨੇ, ਇੱਕ ਲਿਸਟ ਪ੍ਰੋਪਰ ਮੈਂ ਦੱਸੀ ਆ ਤੁਹਾਨੂੰ, ਉਹ ਡਾਕੂਮੈਂਟਸ ਦੀ ਆਪਾਂ ਅਰੇਂਜਮੈਂਟ ਉਸ ਟਾਈਮ ਦੇ ਵਿੱਚ ਕਰ ਲੈਣੀ ਆ। ਜੋ ਕਾਲਜ ਤੋਂ ਆਪਾਂ ਨੂੰ ਡਾਕੂਮੈਂਟ ਚਾਹੀਦੇ ਆਪਾਂ ਉਹ ਲੈ ਲੈਂਦੇ ਹਾਂ, ਜਿਹੜੇ ਆਪਾਂ ਨੂੰ ਮੰਨ ਲਓ ਸਕੂਲ ਤੋਂ ਡਾਕੂਮੈਂਟ ਚਾਹੀਦੇ ਆ ਉਹ ਲੈ ਲੈਂਦੇ ਹਾਂ, ਕੋਈ ਗਵਰਨਮੈਂਟ ਏਜੰਸੀ ਤੋਂ ਆਪਾਂ ਨੂੰ ਡਾਕੂਮੈਂਟ ਚਾਹੀਦੇ ਆਪਾਂ ਉਹ ਡਾਕੂਮੈਂਟਸ ਦੀ ਇਸ ਟਾਈਮ ਦੇ ਵਿੱਚ ਅਰੇਂਜਮੈਂਟ ਕਰ ਲੈਣੀ ਆ, ਸੋ ਦੈਟ ਕਿ ਆਪਣਾ ਰਿਜ਼ਲਟ ਆਵੇ ਅਤੇ ਆਪਾਂ ਨਾਲ ਦੀ ਨਾਲ ਔਫਰ ਲੈਟਰ ਅਪਲਾਈ ਕਰ ਸਕੀਏ। ਉਹ ਤੋਂ ਬਾਅਦ ਦੇ ਵਿੱਚ ਆਪਾਂ ਇਸੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਕਾਲਜ ਰਿਸਰਚ ਕਰ ਲੈਣੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਕਾਲਜ ਬਾਰੇ ਦੇਖਣਾ ਕਿ ਕਿਹੜਾ ਆਪਾਂ ਨੂੰ ਸੂਟ ਕਰਦਾ, ਕੀ ਕੋਰਸ ਆਪਾਂ ਲੈਣਾ ਕਾਲਜ ਦੇ ਵਿੱਚ, ਅਤੇ ਉਹਦੇ ਬਾਰੇ ਆਪਾਂ ਸਾਰਾ ਵਰਕਆਊਟ ਕਰ ਲੈਣਾ। ਐਜ਼ ਸੂਨ ਐਜ਼ ਤੁਹਾਡਾ ਰਿਜ਼ਲਟ ਆਉਂਦਾ ਆਇਲਸ ਦਾ ਤਾਂ ਆਪਾਂ ਨਾਲ ਦੀ ਨਾਲ ਔਫਰ ਲੈਟਰ ਅਪਲਾਈ ਕਰਾਂਗੇ, ਕਿਉਂਕਿ ਆਪਣੇ ਕੋਲ ਡਾਕੂਮੈਂਟ ਸਟੱਡੀ ਨੇ। ਉਹ ਤੋਂ ਬਾਅਦ ਦੇ ਵਿੱਚ ਸੈਕਿੰਡ ਥਿੰਗ ਹੈ ਆਪਣੇ ਕੋਲ ਕਿ ਆਪਾਂ ਕਾਲਜ ਸਰਚ ਕਰ ਰੱਖਿਆ, ਕੋਰਸ ਆਪਾਂ ਆਲਰੇਡੀ ਲੁੱਕਆਊਟ ਕਰ ਰੱਖਿਆ ਕਿ ਆਪਾਂ ਕਿਹੜਾ ਲੈਣਾ, ਤਾਂ ਆਪਾਂ ਔਫਰ ਲੈਟਰ ਅਪਲਾਈ ਕਰ ਦਾਂਗੇ। ਜੇ ਤੁਸੀਂ ਕਾਲਜ ਦੇ ਵਿੱਚ ਔਫਰ ਲੈਟਰ ਅਪਲਾਈ ਕਰਦੇ ਹੋ ਤਾਂ ਇਟ ਵਿਲ ਟੇਕ ਲਾਈਕ 1 or 2 ਮੰਥਸ ਟੂ ਗੈਟ ਦੀ ਔਫਰ ਲੈਟਰ। ਕੁਛ ਕਾਲਜਿਸ ਹਫ਼ਤਿਆਂ ਦੇ ਵਿੱਚ ਵੀ ਦੇ ਦਿੰਦੇ ਆ, 1 ਹਫ਼ਤਾ ਜਾਂ 2 ਹਫ਼ਤੇ ਲੱਗਦੇ ਆ ਮੈਕਸੀਮਮ ਟਾਈਮ। ਮੋਸਟਲੀ ਕੀ ਹੈ ਕਿ ਕਾਲਜਿਸ ਨੂੰ ਟਾਈਮ ਲੱਗ ਜਾਂਦਾ, ਜਿਹੜੇ ਵਧੀਆ ਲੈਵਲ ਦੇ ਕਾਲਜ ਨੇ ਉਹ 1 to 2 ਮੰਥਸ ਲੈਂਦੇ ਆ। ਜੇ ਤੁਸੀਂ ਯੂਨੀਵਰਸਿਟੀ ਵਗੈਰਾ ਅਪਰੋਚ ਕਰਦੇ ਹੋ, ਯੂਨੀਵਰਸਿਟੀ ਦੇ ਵਿੱਚ ਔਫਰ ਲੈਟਰ ਅਪਲਾਈ ਕਰਦੇ ਹੋ ਤਾਂ ਉੱਥੇ ਕੀ ਹੈ, ਉੱਥੇ ਤੁਹਾਨੂੰ 3 to 4 ਮਹੀਨੇ ਲੱਗ ਸਕਦੇ ਆ। ਤਾਂ ਉਸ ਟਾਈਮ ਨੂੰ ਉਸ ਜਿਹੜਾ ਆਪਣਾ ਇਹ ਚੀਜ਼ ਹੈ ਇਹਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਚੀਜ਼ਾਂ ਨੂੰ ਮੈਨੇਜ ਕਰਨਾ, ਇਨਟੇਕ ਆਪਾਂ ਕਿਵੇਂ ਚੂਜ਼ ਕਰਨਾ, ਇਹ ਚੀਜ਼ਾਂ ਨੂੰ ਦੇਖ ਕੇ ਚੂਜ਼ ਕਰਨਾ, ਇਹ ਚੀਜ਼ਾਂ ਨੂੰ ਦੇਖ ਕੇ ਹੀ ਆਪਾਂ ਔਫਰ ਲੈਟਰ ਅਪਲਾਈ ਕਰਨਾ ਅਤੇ ਟਾਈਮ ਦੀ ਯੂਟੀਲਾਈਜੇਸ਼ਨ ਕਰਨੀ ਹੈ। ਉਹ ਤੋਂ ਬਾਅਦ ਦੇ ਵਿੱਚ ਆਪਾਂ ਔਫਰ ਲੈਟਰ ਅਪਲਾਈ ਕਰ ਦਿੰਦੇ ਹਾਂ, ਰਾਈਟ, ਆਪਣਾ ਔਫਰ ਲੈਟਰ ਜਦੋਂ ਤੱਕ ਆਉਣਾ ਹੈ ਉਦੋਂ ਤੱਕ ਆਪਣੇ ਕੋਲ, ਮੰਨ ਲਓ ਆਪਣੇ ਕੋਲ 1 ਮਹੀਨੇ ਦਾ ਟਾਈਮ ਹੈ, ਤਾਂ ਆਪਾਂ ਆਪਦੇ ਜਿਹੜੇ ਫੰਡਸ ਨੇ, ਜਿਹੜੇ ਆਪਣੀ ਫਾਈਨਾਂਸਿੰਗ ਦੇ ਸੋਰਸਿਸ ਨੇ, ਉਹ ਆਪਾਂ ਅਰੇਂਜ ਕਰਨ ਲੱਗ ਜਾਣਾ। ਦੇਸੀ ਭਾਸ਼ਾ ਵਿੱਚ ਆਪਾਂ ਕਹਿ ਲਈਏ ਤਾਂ ਆਪਾਂ ਪੈਸਿਆਂ ਦਾ ਜਿਹੜਾ ਇੰਤਜ਼ਾਮ ਹੈ ਉਹ ਕਰਨਾ ਹੈ। ਜੇ ਤੁਸੀਂ ਲੋਨ ਲਈ ਅਪਲਾਈ ਕਰਦੇ ਹੋ ਤਾਂ ਬੈਂਕ ਨੂੰ ਅਪਰੋਚ ਕਰਕੇ ਲੋਨ ਅਪਰੂਵ ਕਰਵਾਓ। ਜੇ ਤੁਸੀਂ ਆਪਣਾ ਮੰਨ ਲਓ ਕਿ ਫੈਮਿਲੀ ਤੋਂ ਕਿਤੋਂ ਅਰੇਂਜਮੈਂਟ ਕਰਨੀ ਹੈ ਤਾਂ ਉਹ ਅਰੇਂਜ ਕਰਕੇ ਰੱਖੋ, ਕਿਉਂਕਿ ਜਦੋਂ ਹੀ ਤੁਹਾਡਾ ਔਫਰ ਲੈਟਰ ਆ ਜਾਣਾ ਹੈ ਤੁਹਾਡੇ ਖਰਚੇ ਹੋਣੇ ਸ਼ੁਰੂ ਹੋ ਜਾਣੇ। ਅਤੇ ਖਰਚਿਆਂ ਦੇ ਉੱਤੇ ਮੈਂ ਐਕਚੁਅਲ ਦੇ ਵਿੱਚ ਵੀਡੀਓ ਬਣਾ ਦੂੰਗਾ, ਨੈਕਸਟ ਵਾਲੀ ਨੈਕਸਟ ਟੋਪਿਕ ਰੱਖ ਲਾਂਗੇ ਖਰਚਿਆਂ ਦੇ ਉੱਤੇ ਆਪਣਾ, ਕਿ ਕਿੰਨੇ ਖਰਚੇ ਤੁਹਾਡੇ ਟੋਟਲ ਕੀ ਐਕਸਪੈਂਸਿਸ ਹੋਣੇ ਆ। ਸੋ ਤੁਸੀਂ ਆਪਦੇ ਜਿਵੇਂ ਤੁਹਾਡਾ ਔਫਰ ਲੈਟਰ ਆਉਂਦਾ, ਸਭ ਨਾਲੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਰਨੀ ਹੁੰਦੀ ਹੈ ਉਹ ਕਰਨੀ ਹੁੰਦੀ ਹੈ ਸੀਟ ਰਿਜ਼ਰਵ। ਪਹਿਲਾਂ ਤੁਸੀਂ ਔਫਰ ਲੈਟਰ ਐਕਸੈਪਟ ਕਰ ਲੈਣਾ, ਜਦੋਂ ਔਫਰ ਲੈਟਰ ਤੁਹਾਡਾ ਐਕਸੈਪਟ ਹੋ ਗਿਆ ਤੁਸੀਂ ਆਪਦੀ ਸੀਟ ਰਿਜ਼ਰਵ ਕਰ ਲੈਣੀ ਹੈ। ਸੀਟ ਰਿਜ਼ਰਵ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਮਿਲ ਜਾਂਦਾ ਫੀਸਿਸ ਭਰਨ ਦੇ ਲਈ। ਨਹੀਂ ਤੁਸੀਂ ਕੀ ਕਰ ਸਕਦੇ ਹੋ, ਡਾਇਰੈਕਟ ਫੀਸ ਵੀ ਭਰ ਸਕਦੇ ਹੋ, ਸੀਟ ਰਿਜ਼ਰਵ ਨਹੀਂ ਕਰਨੀ ਤਾਂ ਸਿੱਧੀਆਂ ਫੀਸਾਂ ਭਰ ਦਿਓ, ਆਲਰੇਡੀ ਸੀਟ ਰਿਜ਼ਰਵ ਹੋ ਜੂਗੀ, ਰਾਈਟ। ਜੇ ਤੁਸੀਂ ਉਵੇਂ ਨਹੀਂ ਕਰਨਾ ਤਾਂ ਤੁਸੀਂ ਸੀਟ ਰਿਜ਼ਰਵ ਕਰ ਸਕਦੇ ਹੋ ਕੁਛ ਅਮਾਊਂਟ ਦੇ ਕੇ, ਅਤੇ ਬਾਕੀ ਜਿਹੜਾ ਚੀਜ਼ ਆਪਣੀ ਜਿਹੜੀ ਰਹਿ ਗਈ ਪੈਸੇ, ਜੋ ਆਪਣੇ 1 year ਦੀ ਫੀਸ ਹੈ ਤੁਹਾਡੀ, ਉਹ ਤੁਸੀਂ ਭਰ ਸਕਦੇ ਹੋ ਕੋਈ 10-15-20 ਦਿਨ ਦਾ ਟਾਈਮ ਲੈ ਕੇ ਉਹ ਤੋਂ ਬਾਅਦ ਦੇ ਵਿੱਚ ਵੀ। ਉਹ ਤੋਂ ਬਾਅਦ ਦੇ ਵਿੱਚ ਕੀ ਕਰਨਾ, ਆਪਾਂ ਕਾਲਜ ਦੀ ਫੀਸ ਭਰਤੀ, ਆਪਣਾ ਕਾਲਜ ਵਾਲਾ ਕੰਮ ਡਨ ਹੈ। ਸੈਕਿੰਡ ਚੀਜ਼ ਆਪਾਂ ਜਿਹੜੀ ਕਰਨੀ ਆ ਉਹ ਆਪਾਂ ਕਰਨੀ ਹੈ GIC। GIC ਜਿਹੜੀ ਹੈਗੀ ਆ, ਤੁਸੀਂ ਜੇ ਤੁਸੀਂ ਏਜੰਟ ਤੋਂ ਕਰਵਾ ਰਹੇ ਹੋ ਤਾਂ ਏਜੰਟ ਤੋਂ ਪੁੱਛੋ ਵੀ ਕਿਸ ਤਰੀਕੇ ਨਾਲ ਉਹ GIC ਨੂੰ ਪ੍ਰੋਸੈਸ ਕਰੂਗਾ। ਜੇ ਤੁਸੀਂ ਖੁਦ ਕਰ ਰਹੇ ਹੋ ਤਾਂ ਜਿਹੜੇ ਬੈਂਕ ਅਕਾਊਂਟ ਦੇ ਥਰੂ ਤੁਸੀਂ ਕਰਨਾ, ਸਪੋਜ਼ ਕਰੋ ਤੁਸੀਂ ਸਕੋਸ਼ੀਆ ਦੇ ਵਿੱਚ ਖੁਲਵਾਉਣਾ, ਤਾਂ ਸਕੋਸ਼ੀਆ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਅਪਲਾਈ ਕਰੋ, ਅਤੇ ਤੁਸੀਂ ਉੱਥੇ ਆਪਦਾ ਫੰਡ ਅਕਾਊਂਟ ਖੋਲੋਗੇ। ਜਦੋਂ ਅਕਾਊਂਟ ਖੁੱਲ ਜੂਗਾ, ਸਟੂਡੈਂਟ ਬੈਨੀਫਿਸ਼ਰੀ ਅਕਾਊਂਟ ਹੁੰਦਾ ਜਿਹੜਾ, ਉਹ ਖੁੱਲੂਗਾ, ਉਹਦੇ ਵਿੱਚ ਤੁਹਾਡੇ GIC ਹੋਊ। GIC ਦਾ ਅਮਾਊਂਟ ਹੈਗਾ ਜਿਹੜਾ ਉਹ $10,230 ਹੈ।
ये तो मिनिमम ना करवाए, थोड़ा सारे का सारा पैसा रिफंड हो जाना, वापस आ जाना, थोड़ा फिर उन्ना ही प्रोसैस लगेगा, उन्ना ही टाइम लगेगा जो थोड़ा खर्चा पिया हो थोड़ा पैना, खर्चा इन द सेंस भी जो एक्सचेंज रेट पिया हो थोड़ा वेस्ट है। ठीक है, तो वो चीज़ ना करो। जिन्ना अमाउंट एक्चुअल है जी आई सी का, बेशक तुम बैंक को मेल कर सकते हो, बट एक्चुअल अमाउंट यही है $10,230 $30 है जो एक्सपेंस लिए होंगे भी, जे कि कोई एक्सपेंस होंगे तो वो कटे जाए, अपनी जी आई सी के कुछ ना कटे जाए ताकि अपना अमाउंट सेफ रहे। उस तो बाद अपनी जी आई सी डन होगी, राइट, तुम आपकी सीट रिजर्व कर ली कॉलेज के, वो चीज़ा हो गई अपन। हुण तुम्हें की करना है, तुम कॉलेज में भी मेल करनी है तो तुम जी आई सी की रिसिप्ट भी लैनी, दोवें जगह तो आप रिसिप्ट लैनी है। कॉलेज के आप फीसा भरी तो फीसिस की रिसिप्ट लैनी है, तो जे आप कॉलेज के मान लो रजिस्ट्रेशन करवाई से पहला रिसीट रिजर्व की तो वो भी रिसिप्ट लैनी है। दोवें चीज़ों की रिसिप्ट आप फाइल लाने वेले अपने काम आनी है, तो करके आप दोवें चीज़ों की रिसिप्ट लै लैनी है, जी आई सी की भी तो उस अपना कॉलेज की भी। उस बाद जी आप चीज़ करनी है वो करनी हैगी है कि आप रिसिप्ट आप कट्ठिया कर लिया, उतो बाद आप मैडिकल के लिए अपलाई कर देना। मैडिकल लिए थोड़ा कुछ नहीं चाहिए होंगे, यू जस्ट नीड ऑफर लैटर एंड पासपोर्ट, तुम आपका ईजीली मैडिकल अपलाई कर सकते हो। मैडिकल अपलाई कर दो, मैडिकल करवा के रखो, तो क्योंकि वो टाइम लगा कुछ अपडेट होने के लिए थोड़े जी आई सी अपना जी सी की अकाउंट के उत्ते, जो थोड़ा आई आर सी सी का अकाउंट बनया हों जिद फाइल लाने वो थोड़ा जहा टाइम लगा, तो करके प्योर करवा के रखो ताकि जो टाइम है वो वेस्ट ना हो अपना। फिर तुम आपका बायोमैट्रिक्स डेट्स ने अपॉइंटमेंट्स ने वो बुक कर लेनी, वो तुम दो ऑप्शन है, एक तुम है भी आई आर सी सी उत्ते अकाउंट बनाने तो पहला भी बुक कर सकते हो, दूजा है भी आई आर सी सी उत्ते अकाउंट बनाने तो बाद भी बुक कर सकते हो, दोवें ऑप्शन है। बट जे तुसी पहला बुक करते हो तो थोनू थोड़े बायोमैट्रिक्स तो पहला पहला सारिया चीज़ा अपलोड करनिया पैनगियां आई आर सी सी के उत्ते। हुण बायोमैट्रिक्स दी डेट्स मान लो आप बाद च बुक करते हैं, तो अपना मैडिकल तो बाद अगला स्टैप की है, अपना स्टैप हैगा जिहड़ा वह हैगा जी सी की बनाउणा, या तुसी वन की कह सकते हो, आई आर सी सी की वैबसाइट के उत्ते जिथे आप आपकी फाइल वीज़ा के लिए अपलाई करनी है। ठीक है, उत्थे आप आपके सारे डॉक्यूमेंट्स अपलाई अपलोड करने हैं, तो आप उत्थे आपकी आई डी बना लेंगे वन की उत्ते, आई आर सी सी की तुम डायरैक्ट वैबसाइट खोलोगे उत्थे जी सी की आजू या वन की आ जाता, वो दोवें चीज़ा सेम ही है, जी सी की भी सेम है वन की भी सेम है। ठीक है, तुम उत्थे करने हैं अपना अपलोड डॉक्यूमेंट्स, तो डॉक्यूमेंट्स अपलोड करन तो पहला आपके लैपटॉप के फोल्डर्स बना लो कि थोड़े ग्रैजुएशन वाले डॉक्यूमेंट्स कि थोड़े प्लस टू वाले डॉक्यूमेंट्स स्कूलिंग डॉक्यूमेंट्स है, वो तो बाद थोड़े आयल्स रिजल्ट हो गए, थोड़े पासपोर्ट दियाँ स्कैन कॉपीज हो गई, हर एक चीज़ ए टू जैड, थोड़ी डिजिटल फोटो होगी, तुम सारे डॉक्यूमेंट्स जी मैं थोड़ा लिस्ट दिती है पिछले वीडियो के लिस्ट के अकॉर्डिंग तुम सारे डॉक्यूमेंट सैटअप करके रख लो ताकि थोड़ा कोई प्रॉब्लम ना आए वाइल अपलोडिंग द डॉक्यूमेंट, तुम ईजीली उतों डॉक्यूमेंट पिक करो तो वैबसाइट के उत्ते अपलोड कर दो, तुहानू भालना ना पवे भी मैं डॉक्यूमेंट स्कैन करना है, क्योंकि जो तुम बैठोगे तो एको बार थोड़ा सारा सिस्टम सारा जोड़ा काम है वो खत्म हो जाऊ। जे तुम एजेंट के थ्रू कर रहे हो तो एजेंट नू कहो कि मेरी आपदी वन की बना के उदे तो फाइल अपलाई करे। कई बार एजेंट की करते हैं कि वन की बना लेंगे, वो पासवर्ड वगैरह थोड़ा कुछ नहीं देंगे, थोड़े कोई अपडेट नहीं रहता, थोड़ा सिर्फ वीज़ा आएगा या ना आएगा ही पता लगता है, तो वो चीज़ नहीं करनी। एजेंट ना गल करो, उन्होंने कह दो भी वन की का या जी सी की का मैं पासवर्ड आई डी चाहिए है, मेरे डॉक्यूमेंट्स मेरे सामने अपलोड कर, मेरे सामने मेरी फाइल प्रोसैस कर, तो वो थोड़े मूहे करूँगा क्योंकि उन्होंने पैसे चाहिए हैं, राइट, वो काम कर रहा है तो ही इज़ लाइक वर्किंग फॉर यू, वो थोड़े तो वो पैसे लै रहा है तो वो डेफिनेटली थोड़े अकॉर्डिंग ही काम करूँगा, राइट। इस बाद जी तुम नैक्सट चीज़ करनी है, आप रिसिप्ट कर लिया, फीस भरती, ऑफर लैटर लै लिया, फंड का आप अरेजमेंट करी बैठे हैं, डॉक्यूमेंट्स आप पहला अरेज कर ले सारे के सारे स्कूल तो कॉलेज तो जितों भी आपको चाहिए है, कोई गवर्नमेंट एजेंसी तो चाहिए आप सारे वो अरेज करी बैठे हैं, फादर दी आई आर टी आई टी आरस हो गई या तुम होर कोई भी अपना स्टेटमेंट्स मांग सक बैंक स्टेटमेंट्स जी आप चाहिए वो हो गई, सारा कुछ आप करी बैठे हैं अरेज अपने को। ठीक है, तो आप हूँ डॉक्यूमेंट्स अपलोड करते, हूँ आप सिर्फ वेट करना है, बायोमैट्रिक्स अपने हो जाने वो अपडेट हो जाने हैं, हूँ तुम जी थोड़ी जी सी की है वो रेगूलर बेसिस के उ चैक करते रहना, कोई फिक्स टाइम नहीं है भी थोड़ा वीज़ा महीने चाहू, पी पी आर थोड़ा महीने चाहू, पी पी आर होंगे पासपोर्ट रिक्वेस्ट
ਜਦੋਂ ਕਿ ਤੁਹਾਡਾ ਵੀਜ਼ਾ ਆ ਜਾਂਦਾ ਤਾਂ ਉਹ ਪਾਸਪੋਰਟ ਤੁਹਾਡਾ ਮੰਗਵਾਉਂਦੇ ਆ ਸਟੈਂਪਿੰਗ ਦੇ ਲਈ। ਠੀਕ ਹੈ, ਤਾਂ ਉਹ ਕੋਈ ਗਰੰਟੀ ਨਹੀਂ ਹੈਗੀ ਉਹਦੀ, ਉਹ ਮਹੀਨੇ 'ਚ ਆਊ, 15 ਦਿਨਾਂ 'ਚ ਆਊ, 10 ਦਿਨਾਂ 'ਚ ਆਊਗਾ। ਤਾਂ ਉਹਦੇ ਬਾਰੇ ਬਾਹਲੇ ਤੁਸੀਂ ਪਜ਼ਲ ਨਾ ਹੋ, ਲੋਕਾਂ ਨੂੰ ਨਾ ਪੁੱਛੋ, ਕਿਸੇ ਨੂੰ ਕੁਛ ਨਹੀਂ ਪਤਾ ਉਹਦੇ ਬਾਰੇ। ਤੁਹਾਨੂੰ ਸਿਰਫ ਤੁਸੀਂ ਵੇਟ ਕਰਨਾ, ਡੇਲੀ ਅਪਡੇਟ ਚੈੱਕ ਕਰਨੇ ਆ ਉਹਦੇ 'ਤੇ ਕਿ ਤੁਹਾਨੂੰ ਰਿਕੁਐਸਟ ਆਈ ਜਾਂ ਨਹੀਂ ਆਈ। ਵੈਸੇ ਤਾਂ ਜੇ ਤੁਸੀਂ ਏਜੰਟ ਤੋਂ ਕਰ ਰਹੇ ਹੋ ਤਾਂ ਉਹ ਤਾਂ ਕਰ ਹੀ ਰਿਹਾ ਹੁੰਦਾ, ਬਟ ਤੁਸੀਂ ਆਪਦੇ ਬਿਹਾਫ 'ਤੇ ਵੀ ਕਰਦੇ ਰਹੋ। ਕਈ ਵਾਰ ਏਜੰਟ ਸਕਿੱਪ ਕਰ ਦਿੰਦਾ, ਇੱਕ ਦੋ ਦਿਨ ਨਿਕਲ ਜਾਂਦੇ ਆ। ਵੈਸੇ ਏਜੰਟ ਕਰਦੇ ਨਹੀਂ ਗਏ, ਇਹ ਸਕਿੱਪ ਹੁੰਦਾ ਨਹੀਂ ਉਹਨਾਂ ਕੋਲੋਂ, ਬਟ ਤੁਸੀਂ ਵੀ ਆਪਦਾ ਧਿਆਨ ਰੱਖੋ ਅਤੇ PPR ਦੀ ਵੇਟ ਕਰਦੇ ਰਹੋ, PPR ਚੈੱਕ ਕਰਦੇ ਰਹੋ ਵੀ ਜਦੋਂ ਤੁਹਾਡੀ ਪਾਸਪੋਰਟ ਦੀ ਰਿਕੁਐਸਟ ਆ ਗਈ ਤਾਂ ਤੁਹਾਨੂੰ ਜੇ ਏਜੰਟ ਦੇ ਥਰੂ ਹੈ ਤਾਂ ਉਹ ਕੁਰੀਅਰ ਕਰੂਗਾ, ਨਹੀਂ ਤੁਸੀਂ ਆਪ ਕੁਰੀਅਰ ਕਰਨੇ ਹੁੰਦੇ ਆ ਆਪਦਾ ਪਾਸਪੋਰਟ ਵੀਜ਼ਾ ਆਫਿਸ ਦੇ ਵਿੱਚ, ਤਾਂ ਕਿ ਉਹ ਸਟੈਂਪ ਹੋ ਸਕਣ। ਠੀਕ ਹੈ, ਇਹ ਸਾਰਾ ਪ੍ਰੋਸੈਸ ਸੀਗਾ। ਇਹ ਇੱਕ ਮੈਂ ਤੁਹਾਨੂੰ ਕ੍ਰਿਟੀਰੀਆ ਦੱਸਦਾ ਵੀ ਆਹ ਚੀਜ਼ਾਂ ਆਪਾਂ ਨੂੰ ਇੱਕ ਪ੍ਰੋਸੈਸ ਦੇ ਵਿੱਚ, ਇੱਕ ਸਿਸਟਮੈਟਿਕ ਵੇ ਦੇ ਵਿੱਚ, ਸਟੈਪ ਬਾਏ ਸਟੈਪ ਆਪਾਂ ਨੂੰ ਚੀਜ਼ਾਂ ਹੀ ਚਾਹੀਦੀਆਂ ਵੀਜ਼ਾ ਫਾਈਲ ਕਰਨ ਦੇ ਲਈ। ਵੀਜ਼ਾ ਤੁਸੀਂ ਆਪ ਵੀ ਫਾਈਲ ਕਰ ਸਕਦੇ ਹੋ, ਕੋਈ ਬਾਹਲਾ ਵੱਡਾ ਪ੍ਰੋਸੈਸ ਨਹੀਂ ਹੈਗਾ। ਅਤੇ ਜੇ ਤੁਸੀਂ ਆਪ ਨਹੀਂ ਫਾਈਲ ਕਰਨਾ, ਤੁਸੀਂ ਏਜੰਟ ਹਾਇਰ ਕਰ ਸਕਦੇ ਹੋ, ਉਹਨੂੰ ਪੇ ਕਰ ਦਿਓ, ਉਹ ਤੁਹਾਡੇ ਲਈ ਇਹ ਸਾਰੇ ਕੰਮ ਕਰ ਦੂਗਾ। ਰਾਈਟ, ਓਕੇ, ਸੋ ਦੈਟਸ ਆਲ ਫੋਰ ਟੂਡੇਜ਼ ਵੀਡੀਓ। ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਤਾਂ ਉਹਨਾਂ ਨੂੰ ਲਾਈਕ ਕਰ ਦਿਆ ਕਰੋ, ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ। ਠੀਕ ਹੈ, ਕਮੈਂਟਸ ਦੇ ਵਿੱਚ ਮੈਨੂੰ ਕਮੈਂਟ ਕਰ ਦਿਆ ਕਰੋ, ਕੁਛ ਗਲਤ ਹੈ, ਕੁਛ ਤੁਸੀਂ ਮੈਨੂੰ ਐਡਵਾਈਸ ਦੇਣਾ ਚਾਹੁੰਦੇ ਹੋ, ਤੁਹਾਨੂੰ ਜਿਸ ਵੀ ਤਰੀਕੇ ਨਾਲ ਇਹ ਲੱਗਦਾ, ਪੋਜ਼ਿਟਿਵ, ਨੈਗੇਟਿਵ, ਕੋਈ ਵੀ ਕਮੈਂਟ ਹੈ, ਯੂ ਕੈਨ ਕਮੈਂਟ ਡਾਊਨ, ਅਤੇ ਮੈਂ ਡੈਫੀਨੇਟਲੀ ਉਹਦੇ ਵਿੱਚ ਇੰਪਰੂਵਮੈਂਟ ਲਿਆਉਣ ਦੀ ਕੋਸ਼ਿਸ਼ ਕਰੂੰਗਾ। ਸੋ ਦੈਟਸ ਆਲ ਫੋਰ ਟੂਡੇਜ਼ ਵੀਡੀਓ, ਸਟੇ ਟਿਊਨ ਟਿਲ ਦੀ ਨੈਕਸਟ ਵੀਡੀਓ।